और मोगा के कस्बा निहाल सिंह वाला ने नशा तस्कर की करीब 14 लाख की प्रॉपर्टी की को सीज कर लिया है। निर्मला सिंह गांव गोलिया खुर्द एनडीपीसी एक्ट के तहत थाना समलसर किया गया है, तो थाना निहाल सिंह वाला और थाना सिटी साउथ के मामले दर्ज किए हैं। किसी तरीके से जिला निहाल सिंह वाला के डीएसपी अनवर अली ने बताया कि करीब 14,86,400 कीमत की प्रॉपर्टी निर्मल सिंह वासी गोलिया से सीज की गई है। ਸਮਾਲ ਸਰ ਸਿਟੀ ਮੋਗਾ ਤੇ ਨਿਹਾਲ ਸਿੰਘ ਵਾਲਾ ਤੇ ਜਿਹੜੀ ਇਹਦੀ ਪ੍ਰੋਪਰਟੀ ਹੈ ਨਸ਼ਾ ਵੇਚ ਕੇ ਬਣਾਈ ਹੈ ਉਹਨੂੰ ਅੱਜ ਜਿਹੜੇ ਆਰਡਰ ਹੋਏ ਨੇ ਜ਼ਬਤ ਕਰਨ ਦੇ ਉਹ ਅਸੀਂ ਅੱਜ ਇੱਥੇ ਲਗਾਉਣ ਲਈ ਆਏ ਹਾਂ ਇਹਦੇ ਘਰ ਦੇ ਉੱਪਰ। ਦੇਖਿਆ ਜਾ ਰਿਹਾ ਕਿ ਲੋਕ ਕਹਿ ਰਹੇ ਸੀ ਕਿ ਉੱਪਰ ਨਾ ਜਦੋਂ ਨੋਟਸ ਲਾ ਰਹੇ ਸੀ ਤਾਂ ਉੱਥੇ ਕਰੰਟ ਵੀ ਛੱਡਿਆ ਜਾ ਰਿਹਾ, ਉਹਨੇ ਦੇਖਣੇ ਚਾਹੀਦੇ। ਹੋ ਸਕਦਾ ਇਹਨਾਂ ਦਾ ਸਮਗਲਰ ਹੈਗੇ ਨੇ ਵੀ ਕੋਈ ਵੀ ਮੁਲਾਜ਼ਮ ਹੈ ਕੋਈ ਅੰਦਰ ਨਾ ਜਾ ਸਕੇ, ਇਸ ਤਰ੍ਹਾਂ ਦਾ ਇਹ ਆਪਦੀ ਸੇਫਟੀ ਲਈ ਲਗਾਏ ਨੇ। ਮੋਟੋ ਪੁਲਿਸ ਵੱਲੋਂ ਸਰ ਇੱਕ ਵੱਡੀ ਜਿਹੜੀ ਐਗਜ਼ਾਮਪਲ ਸੈੱਟ ਕੀਤੀ ਗਈ ਹੈ, ਕੀ ਲੱਗਦਾ ਕਿ ਜਿਹੜੇ ਨਸ਼ਾ ਤਸਕਰ ਨੇ ਹੋਰ ਵੀ ਜਾਂ ਵੇਚ ਰਹੇ ਨੇ ਕੀ ਉਹਨਾਂ ਤੇ ਕੀ ਦਾ ਪ੍ਰਭਾਵ ਹੋਵੇ? ਹਾਂਜੀ ਬਿਲਕੁਲ, ਸਾਡੀ ਅਪੀਲ ਹੈ ਇਹਨਾਂ ਨੂੰ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹ ਆਪਦਾ ਬੰਦ ਕਰਨ, ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ। ਅਗਰ ਕੋਈ ਵੇਚਦਾ ਤਾਂ ਇਹਦੇ ਖਿਲਾਫ FIR ਦਰਜ ਕਰਕੇ ਜੇਲ੍ਹ ਭੇਜਿਆ ਜਾਊਗਾ ਤੇ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਵੀ ਫਰੀਜ਼ ਕੀਤੀ ਜਾਊਗੀ।